ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖੋ, ਗੁਰਮੁਖ ਪਿਆਰਿਓ, ਅੱਜ ਇੱਕ ਤੁਹਾਡੇ ਨਾਲ ਉਹ ਘਟਨਾ ਮੈਂ ਸਾਂਝੀ ਕਰਨ ਜਾ ਰਿਹਾ ਵਾਂ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ। ਉਸ ਤੋਂ ਪਹਿਲਾਂ ਉਹਨਾਂ ਨੂੰ ਜਿਹੜੀ ਜਗ੍ਹਾ ਹੇਠਾਂ ਪਿੱਪਲ ਹੇਠਾਂ ਬੰਨ੍ਹ ਕੇ ਕੋੜੇ ਮਾਰੇ ਗਏ ਹਨ ਅਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੁਲੇਲਾਂ ਦੇ ਰੋੜੇ ਮਾਰੇ ਗਏ ਸਨ, ਅਤੇ ਉਹ ਜਗ੍ਹਾ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੀ ਜਗ੍ਹਾ ਹੈ ਉਹ ਕਿੱਥੇ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨੀਹਾਂ ਤੋਂ ਲਗਭਗ 100-150 ਫੁੱਟ ਦੂਰੀ 'ਤੇ ਜਿਵੇਂ ਇਹ ਰਸਤਾ ਜਾ ਰਿਹਾ ਅਤੇ ਉੱਤੇ ਠੰਡੇ ਬੁਰਜ ਮਾਤਾ ਗੁਜਰ ਕੌਰ ਉਸ ਟਾਈਮ ਵੇਖ ਰਹੇ ਸਨ, ਅਤੇ ਇੱਧਰੋਂ ਸਾਹਮਣੇ ਦੂਜੇ ਪਾਸੇ ਨੀਹਾਂ ਦੇ ਥੋੜ੍ਹਾ ਨੇੜੇ ਹਟਵਾਂ ਉਹਨਾਂ ਨੂੰ ਪਿੱਪਲ ਥੱਲੇ ਬੰਨਿਆ ਗਿਆ। ਆਓ ਪੂਰਾ ਬਿਰਤਾਂਤ ਤੁਹਾਡੇ ਸਾਹਮਣੇ ਜਿਹੜਾ ਉਹ ਕੁਛ ਮੈਂ ਵੇਰਵੇ ਸਹਿਤ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਉਮੀਦ ਹੈ ਤੁਹਾਨੂੰ ਇਹ ਚੰਗਾ ਲੱਗੇਗਾ ਅਤੇ ਤੁਸੀਂ ਅੱਗੇ ਇਸ ਨੂੰ ਸੰਗਤਾਂ ਨਾਲ ਵੀ ਸਾਂਝਾ ਜ਼ਰੂਰ ਕਰਨਾ। ਬਹੁਤ ਹੀ ਇੱਕ ਡੂੰਘਾ ਇਤਿਹਾਸਕ ਪਹਿਲੂ ਹੈ ਜਿਹੜਾ ਦਾਸ 2012-13 ਤੋਂ ਲਗਾਤਾਰ ਲੱਗਿਆ ਹੋਇਆ ਹੈ ਇਸ ਆਰਟੀਕਲ, ਇਸ ਲਿਖਤ, ਕੀਮਤੀ ਲਿਖਤ ਤੋਂ ਸੇਧ ਲੈ ਕੇ, ਅਤੇ ਬਹੁਤ ਸੰਗਤਾਂ ਨੇ ਇਸ 'ਤੇ ਅਮਲ ਵੀ ਕਰਨਾ ਸ਼ੁਰੂ ਕੀਤਾ। ਘਟਨਾ ਅਤੇ ਇੱਕ ਇਤਿਹਾਸਕ ਘਟਨਾ ਦੇ ਰੂਬਰੂ ਕਰਵਾ ਰਿਹਾ ਵਾਂ, ਅਤੇ ਇਹ ਜਿਹੜਾ ਮੈਂ ਤੁਹਾਨੂੰ ਅਖਬਾਰ ਵਿਖਾ ਰਿਹਾ ਰੋਜ਼ਾਨਾ ਸਪੋਕਸਮੈਨ, ਇਹ ਲਗਭਗ 7-8 ਸਾਲ ਪੁਰਾਣਾ ਅੰਕ ਹੈ, 16 ਦਸੰਬਰ 2012 ਦਾ, ਅਤੇ ਜਿਸ ਦੇ ਵਿੱਚ ਜਿਹੜੀ ਇਹ ਲਿਖਤ ਹੈ ਸਰਦਾਰ ਬੀਰ ਦਵਿੰਦਰ ਸਿੰਘ ਜਿਹੜੇ ਸਾਬਕਾ ਡਿਪਟੀ ਸਪੀਕਰ ਰਹੇ ਨੇ, ਅਤੇ ਉਹ ਲਿਖਦੇ ਨੇ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣ ਕੇ, ਉਸ ਤੋਂ ਪਹਿਲਾਂ ਕਿਵੇਂ ਉਹਨਾਂ ਨੂੰ ਅਤੇ ਕਿਹੜੀ ਜਗ੍ਹਾ 'ਤੇ ਪਿੱਪਲ ਦੇ ਦਰਖਤ ਹੇਠਾਂ ਬੰਨ੍ਹ ਕੇ ਅਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੁਲੇਲਾਂ ਮਾਰ ਕੇ ਅਤੇ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਸੀ। ਪਰ ਅੱਗੇ ਉਹ ਇਹ ਵੀ ਲਿਖਦੇ ਨੇ ਕਿ ਸਿੱਖਾਂ ਨੂੰ ਤਾਂ ਕਰਬਲਾ ਵਰਗੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਨਾਉਣੀ ਵੀ ਨਹੀਂ ਆਉਂਦੀ। ਜਿਹੜਾ ਕਰਬਲਾ ਬਾਰੇ ਤੁਹਾਨੂੰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ ਮਤਲਬ ਦੋਹਤਰੇ ਹਜ਼ਰਤ ਇਮਾਮ ਹੁਸੈਨ ਨੂੰ ਉਹਨਾਂ ਦੇ ਸਾਥੀਆਂ ਸਣੇ ਕੋਈ 1340 ਕੁ ਸਾਲ ਪਹਿਲਾਂ 680 ਈਸਵੀ ਨੂੰ 61 ਹਿਜਰੀ ਨੂੰ ਇੱਕ ਸਾਜਿਸ਼ ਦੇ ਤਹਿਤ ਇਰਾਕ ਦੇ ਕੂਫਾ ਸ਼ਹਿਰ ਦੇ ਨੇੜੇ ਦਰਿਆ ਫਰਾਤ ਦੇ ਕਿਨਾਰੇ ਕਰਬਲਾ ਦੇ ਮੈਦਾਨ ਵਿੱਚ 3 ਦਿਨ ਪਿਆਸਾ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਕਰਬਲਾ ਦਾ ਮੈਦਾਨ ਉਹ ਜਗ੍ਹਾ ਜਿੱਥੇ ਯਜ਼ੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ 'ਤੇ ਹਮਲਾ ਕਰਕੇ ਉਹਨਾਂ ਨੂੰ 72 ਸਾਥੀਆਂ ਸਣੇ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਹੋਣ ਵਾਲਿਆਂ ਵਿੱਚ ਹਜ਼ਰਤ ਇਮਾਮ ਹੁਸੈਨ ਦੇ ਪਰਿਵਾਰ ਦੇ 18 ਮੈਂਬਰ ਸਨ ਅਤੇ ਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਦੇ ਵਕਤ 58 ਸਾਲਾਂ ਦੀ ਸੀ, ਜਦੋਂ ਕਿ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਣ ਵਾਲੇ ਉਹਨਾਂ ਦੇ ਦੋ ਬੇਟਿਆਂ 'ਚੋਂ ਅਲੀ ਅਕਬਰ ਦੀ ਉਮਰ 18 ਸਾਲ ਅਤੇ ਅਲੀ ਅਸਗਰ ਦੀ ਉਮਰ ਕੇਵਲ 6 ਮਹੀਨੇ ਸੀ। ਉਹਨਾਂ ਦੇ ਦੋ ਭਾਣਜੇ ਔਨ ਅਤੇ ਮੁਹੰਮਦ ਕਰਮਵਾਰ 9 ਅਤੇ 10 ਸਾਲਾਂ ਦੇ ਸਨ। ਇਹਨਾਂ ਦੀ ਸ਼ਹਾਦਤ ਨੂੰ ਖਰਾਜ਼ੇ ਅਕੀਦਤ ਪੇਸ਼ ਕਰਨ ਲਈ ਸ਼ੀਆ ਮੁਸਲਮਾਨਾਂ ਵੱਲੋਂ ਹਰ ਸਾਲ 10 ਮੁਹਰਮ ਨੂੰ ਤਾਜ਼ੀਆ ਕੱਢਿਆ ਜਾਂਦਾ। ਮੁਹਰਮ ਇਸਲਾਮੀ ਕੈਲੰਡਰ ਦਾ ਪਹਿਲਾ ਮਹੀਨਾ ਹੁੰਦਾ ਹੈ। ਇਸਲਾਮ ਦੇ ਪੈਰੋਕਾਰ ਮੁਹਰਮ ਦੇ ਮਹੀਨੇ ਨੂੰ ਇਸਲਾਮ ਦੇ ਇਤਿਹਾਸ ਵਿੱਚ ਨਹਾਇਤ ਹੀ ਅਫਸੋਸਨਾਕ ਸਮਾਂ ਮੰਨਦੇ ਨੇ। ਇੱਥੋਂ ਤੱਕ ਕਿ ਮੁਹਰਮ ਦਾ ਚੰਨ ਚੜ੍ਹਨ ਸਮੇਂ ਸ਼ੀਆ ਫਿਰਕੇ ਨਾਲ ਤਾਲੁਕ ਰੱਖਣ ਵਾਲੀਆਂ ਔਰਤਾਂ ਆਪਣੀਆਂ ਚੂੜੀਆਂ ਤੱਕ ਤੋੜ ਦਿੰਦੀਆਂ ਨੇ ਅਤੇ 40 ਦਿਨ ਤੱਕ ਕੋਈ ਵੀ ਹਾਰ ਸ਼ਿੰਗਾਰ ਨਹੀਂ ਕਰਦੀਆਂ। ਸੋਗ ਵਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਹੀ ਪਹਿਨਦੀਆਂ ਨੇ। 40 ਦਿਨ ਤੱਕ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ। ਖਾਣ ਲਈ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਜਿਹੜਾ ਕਿ ਸਿਰਫ ਜਿਉਣ ਲਈ ਲੋੜੀਂਦਾ ਹੁੰਦਾ ਹੈ। ਸਵਾਦਲੇ ਅਤੇ ਲਜੀਜ਼ ਪਕਵਾਨ ਇਸ ਸਮੇਂ ਦੌਰਾਨ ਨਹੀਂ ਪਕਾਏ ਜਾਂਦੇ। ਮੁਹਰਮ ਦਾ ਸਮਾਂ ਗਮ ਏ ਹੁਸੈਨ ਦੇ ਤੌਰ 'ਤੇ ਅੰਤਾਂ ਦੀ ਉਦਾਸੀ, ਸਾਦਗੀ ਅਤੇ ਹਲੀਮੀ ਵਿੱਚ ਰਹਿ ਕੇ ਗੁਜ਼ਾਰਿਆ ਜਾਂਦਾ। ਸ਼ੀਆ ਮਤ ਨੂੰ ਮੰਨਣ ਵਾਲੇ ਮੁਸਲਮਾਨ ਮਰਦ ਤਾਂ ਤਾਜ਼ੀਏ ਕੱਢਣ ਵਕਤ ਆਪਣੀਆਂ ਛਾਤੀਆਂ ਪਿੱਟ ਪਿੱਟ ਕੇ ਯਾ ਹੁਸੈਨ ਪੁਕਾਰਦੇ ਲਹੂ ਲੁਹਾਣ ਹੋ ਜਾਂਦੇ ਨੇ। ਉਹਨਾਂ ਦਾ ਮੰਨਣਾ ਕਿ ਇੰਝ ਕਰਨ ਨਾਲ ਉਹ ਇਹਨਾਂ ਸ਼ਹਾਦਤਾਂ ਨੂੰ ਲਹੂ ਦਾ ਨਜ਼ਰਾਨਾ ਭੇਟ ਕਰਦੇ ਨੇ। ਕਰਬਲਾ ਦੇ ਮੈਦਾਨ ਦਾ ਇਹ ਦਰਦਨਾਕ ਮੰਜ਼ਰ ਇਸਲਾਮ ਦੀ ਤਵਾਰੀਖ ਵਿੱਚ ਭਾਰੀ ਮਹੱਤਵ ਰੱਖਦਾ ਹੈ। ਸਰ ਮੁਹੰਮਦ ਇਕਬਾਲ ਲਿਖਦੇ ਨੇ, ਕਤਲ ਏ ਹੁਸੈਨ ਅਸਲ ਮੇਂ ਮਰਗ ਏ ਯਜ਼ੀਦ ਹੈ, ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਕਰਬਲਾ ਦੇ ਪ੍ਰਸੰਗ ਵਿੱਚ ਇਹ ਸੰਖੇਪ ਜੀ ਜਾਣਕਾਰੀ ਨਾਲ ਆਓ ਹੁਣ ਆਪਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਂ ਗੁਜ਼ਰ ਕੌਰ ਜੀ ਦੀਆਂ ਸ਼ਹਾਦਤਾਂ ਦੀ ਗੱਲ ਕਰੀਏ। ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਵਕਤ 9 ਸਾਲਾਂ ਦੀ ਸੀ ਅਤੇ ਬਾਬਾ ਫਤਿਹ ਸਿੰਘ 7 ਸਾਲਾਂ ਦੇ ਸਨ। ਇਹਨਾਂ ਨੂੰ ਆਪਣੇ ਧਰਮ ਅਤੇ ਸਿੱਖੀ ਸਿਦਕ ਪ੍ਰਤੀ ਪਾਲਣ ਬਦਲੇ ਸੂਬਾ ਸਰਹੰਦ ਵਜ਼ੀਰ ਖਾਨ ਦੇ ਹੁਕਮ ਨਾਲ 13 ਪੋਹ ਸੰਮਤ 1761 ਬਿਕਰਮੀ ਭਾਵ 27 ਦਸੰਬਰ 1704 ਈਸਵੀ ਨੂੰ ਜਿਉਂਦੇ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ।
ਕੁਝ ਇਤਿਹਾਸਕਾਰਾਂ ਦਾ ਮੰਨਣਾ ਕਿ ਦੀਵਾਰ ਚਿਣੇ ਜਾਣ ਤੋਂ ਬਾਅਦ ਵਾਰ ਵਾਰ ਡਿੱਗਦੀ ਰਹੀ ਤਾਂ ਮਾਸੂਮ ਸਾਹਿਬਜ਼ਾਦੇ ਅਤੇ ਤਲਵਾਰ ਦਾ ਵਾਰ ਕਰਕੇ ਉਹਨਾਂ ਦੇ ਸੀਸ ਧੜ ਨਾਲੋਂ ਵੱਖਰੇ ਕਰ ਦਿੱਤੇ ਗਏ ਸਨ। ਉਸੇ ਹੀ ਦਿਨ ਜਦੋਂ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਮਿਲੀ ਤਾਂ ਮਾਤਾ ਜੀ ਵੀ ਸਰੀਰ ਤਿਆਗ ਗਏ ਸਨ ਅਤੇ ਜੋਤੀ ਜੋਤ ਸਮਾ ਗਏ ਸਨ। ਪਰ ਇੱਥੇ ਤੁਹਾਨੂੰ ਜਿੰਨੇ ਵੀ ਸਰੋਤੇ ਜੁੜੇ ਨੇ, ਦਰਸ਼ਕ ਜੁੜੇ ਨੇ, ਉਹਨਾਂ ਨਾਲ ਇੱਕ ਹੋਰ ਜਿਹੜਾ ਵਾਕਿਆ ਸਾਂਝਾ ਕਰਨਾ ਚਾਹਾਂਗੇ ਕਿ ਇਹਨਾਂ ਸ਼ਹੀਦੀਆਂ ਦਿਨਾਂ ਦੇ ਦੌਰਾਨ ਹੀ ਜਿੱਥੇ ਸੰਗਤਾਂ ਜਿਹੜੀਆਂ ਨੇ ਉਹ ਬ੍ਰੈਡ ਪਕੌੜੇ, ਲੱਡੂ, ਜਲੇਬੀਆਂ, ਹੋਰ ਭਾਂਤ ਭਾਂਤ ਦੇ ਖਾਣੇ ਬਣਾਉਂਦੇ ਨੇ, ਪਰ ਕੀ ਸਾਨੂੰ ਸ਼ੀਆ ਮੁਸਲਮਾਨਾਂ ਦੇ ਕਰਬਲਾ ਜਿਹੜਾ ਉਹਨਾਂ ਦਾ, ਉਹਨਾਂ ਦੇ ਪੈਗੰਬਰ ਦਾ ਸ਼ਹੀਦੀਆਂ ਵਾਲਾ ਦਿਨ ਹੁੰਦਾ, ਜਿਵੇਂ ਉਹ ਆਪਣੀਆਂ ਛਾਤੀਆਂ ਪਿੱਟਦੇ ਨੇ ਅਤੇ ਜਿਹੜੇ ਲਜ਼ੀਜ਼ ਖਾਣਿਆਂ ਤੋਂ ਦੂਰ ਰਹਿੰਦੇ ਨੇ, ਪਹਿਰਾਵਾ ਵੀ ਵਧੀਆ ਨਹੀਂ ਪਹਿਣਦੇ। ਇਸੇ ਦੌਰਾਨ ਵੀਰ ਦਵਿੰਦਰ ਸਿੰਘ ਲਿਖਦੇ ਨੇ ਕਿ ਸਰਬ ਧਰਮ ਸੰਮੇਲਨ ਦੌਰਾਨ ਜਦੋਂ ਉਹਨਾਂ ਨੇ ਇਹ ਗੱਲਬਾਤ ਸੰਗਤਾਂ ਦੇ ਸਾਹਮਣੇ ਉੱਥੇ ਕਾਨਫਰੰਸ ਦਾ ਰੱਖੀ ਤਾਂ ਉੱਥੇ ਜਿਹੜੀਆਂ ਸੰਗਤਾਂ ਸਨ ਉਹ ਰੋ ਰਹੀਆਂ ਸਨ ਇਸ ਸਾਰੇ ਵਾਕਿਆ ਨੂੰ ਸੁਣ ਕੇ। ਅਤੇ ਉਹਨਾਂ ਦੇ ਦੋ ਸਵਾਲ ਸਨ ਇੱਕ ਅਮਰੀਕਨ ਜੋੜੇ ਦੇ, ਉਹਨਾਂ ਨੂੰ ਪਹਿਲਾ ਸਵਾਲ ਸੀ ਕਿ ਜਿਹੜੇ ਸਾਹਿਬਜ਼ਾਦੇ ਨੇ ਸ਼ਹੀਦ ਹੋਣ ਤੋਂ ਪਹਿਲਾਂ ਕਿਹਨਾਂ ਦੀ ਸੰਗਤ ਵਿੱਚ ਸਨ ਜੋ ਇੰਨੀ ਛੋਟੀ ਉਮਰ ਹੁੰਦਿਆਂ ਹੋਇਆਂ ਵੀ ਡੋਲੇ ਨਹੀਂ, ਘਬਰਾਏ ਨਹੀਂ ਅਤੇ ਹੱਸ ਕੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰੀ। ਦੂਜਾ ਉਹਨਾਂ ਨੂੰ ਜਿਹੜਾ ਮੁੱਖ ਸਵਾਲ ਸੀ ਉਹ ਸੀ ਮਾਸੂਮ ਸਾਹਿਬਜ਼ਾਦਿਆਂ ਨੂੰ ਜਦੋਂ ਜਿਉਂਦੇ ਦੀਵਾਰਾਂ ਵਿੱਚ ਚਿਣਨਾ ਸ਼ੁਰੂ ਕੀਤਾ ਤਾਂ ਇਸ ਵਿਕਰਾਲ ਪ੍ਰਕਿਰਿਆ ਵਿੱਚ ਲਗਭਗ ਕਿੰਨਾ ਕੁ ਸਮਾਂ ਲੱਗਾ ਹੋਵੇਗਾ। ਜਦੋਂ ਇਹ ਸਮਾਂ ਹਰ ਸਾਲ ਆਉਂਦਾ ਹੈ ਤਾਂ ਸਿੱਖ ਕੌਮ ਇਹ ਭਿਆਨਕ ਪਲ ਕਿਸ ਤਰ੍ਹਾਂ ਗੁਜ਼ਾਰਦੀ ਹੈ, ਇਸ ਹਿਰਦੇ ਵਿਦਿਕ ਸਮੇਂ ਵਿੱਚ ਮਾਸੂਮ ਸਾਹਿਬਜ਼ਾਦਿਆਂ ਦੀ ਪੀੜਾ ਨੂੰ ਤੁਸੀਂ ਕਿਵੇਂ ਅਨੁਭਵ ਕਰਦੇ ਹੋ ਅਤੇ ਉਸ ਖਾਸ ਵਕਤ 'ਤੇ ਤੁਹਾਡੀ ਵਿਵਸਥਾ ਅਤੇ ਅਮਲ ਕੀ ਹੁੰਦੇ ਹਨ? ਉਹ ਕਹਿਣ ਲੱਗੇ, ਪਹਿਲੇ ਸਵਾਲ ਦਾ ਜਵਾਬ ਤਾਂ ਮੈਂ ਬੜੇ ਠਰੰਮੇ ਅਤੇ ਵਿਸਥਾਰ ਨਾਲ ਦੇ ਦਿੱਤਾ, ਪਰ ਦੂਜੇ ਸਵਾਲ ਨੇ ਮੈਨੂੰ ਸ਼ਰਮ ਨਾਲ ਪਾਣੀ ਪਾਣੀ ਕਰ ਦਿੱਤਾ। ਉਹਨਾਂ ਸੁਹਿਰਦ ਸਰੋਤਿਆਂ ਦੇ ਤਾਂ ਸਰਹੰਦ ਦੀ ਦਾਸਤਾਨ ਦਾ ਵਰਣਨ ਸੁਣ ਕੇ ਹੰਝੂ ਵਹਿ ਤੁਰੇ ਸਨ। ਮੈਂ ਉਹਨਾਂ ਨੂੰ ਕਿਵੇਂ ਦੱਸਦਾ ਕਿ ਸਿੱਖ ਤਾਂ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਵਿਆਹ ਸ਼ਾਦੀਆਂ ਵੀ ਕਰਨ ਲੱਗੇ ਹਨ। ਇੱਕ ਪਾਸੇ ਸਾਹਿਬਜ਼ਾਦਿਆਂ ਦੀ ਨੀਹਾਂ ਵਿੱਚ ਚਿਣਨ ਦਾ ਸਮਾਂ ਆਉਂਦਾ, ਦੂਜੇ ਪਾਸੇ ਬੈਂਡ ਵਾਜੇ ਵੱਜਦੇ ਹਨ, ਬਰਾਤਾਂ ਢੁੱਕਦੀਆਂ ਨੇ, ਸ਼ਨਾਈਆਂ ਦੀ ਗੂੰਜ ਵਿੱਚ ਕੁੜਮਣੀਆਂ ਮਿਲਣੀਆਂ ਕਰਦੇ ਨੇ, ਸਿੱਖ ਬਰਾਤੀ ਸ਼ਰਾਬਾਂ ਪੀ ਕੇ ਭੰਗੜੇ ਪਾਉਂਦੇ ਨੇ ਅਤੇ ਖਰਮਸਤੀਆਂ ਕਰਦੇ ਨੇ। ਮੈਂ ਕਿਵੇਂ ਦੱਸਦਾ ਕਿ ਸ਼ਹੀਦੀ ਜੋੜ ਵਾਲੇ ਦਿਨ ਜੁੜਨ ਵਾਲੀ ਭੀੜ ਵਿੱਚ ਅੱਧੇ ਸਿਰੋਂ ਨੰਗੇ ਅਤੇ ਰੋਡੀ ਪੋਡੀ ਸਿੱਖ ਸਾਧ ਸੰਗਤ ਅਖਵਾਉਣ ਵਿੱਚ ਹੀ ਫਖਰ ਮਹਿਸੂਸ ਕਰਦੀ ਹੈ? ਉਹ ਭਲਾ ਮੈਂ ਕਿਵੇਂ ਦੱਸਦਾ ਕਿ ਅੱਜ ਕੱਲ੍ਹ ਤਾਂ ਸ਼ਹੀਦੀ ਜੋੜ ਮੇਲੇ ਅਤੇ ਲੰਗਰਾਂ ਵਿੱਚ ਲੱਡੂ, ਜਲੇਬੀਆਂ, ਪਕੌੜੇ ਚੱਲਦੇ ਨੇ ਅਤੇ ਗੁਰੂ ਦੇ ਲਾਲਾਂ ਦੀਆਂ ਸ਼ਹੀਦੀਆਂ 'ਤੇ ਖਿਰਾਜ਼ ਇਹ ਅਕੀਦਤ ਭੇਟ ਕਰਨ ਆਏ ਤੀਰਥ ਯਾਤਰੀ ਬੜੇ ਸਵਾਦ ਨਾਲ ਲੱਡੂ ਜਲੇਬੀਆਂ ਛਕਦੇ ਨੇ? ਉਹ ਮੈਂ ਕਿਵੇਂ ਦੱਸਦਾ ਕਿ ਸ਼ਹੀਦੀ ਜੋੜ ਮੇਲੇ 'ਤੇ ਪੁੱਜਣ ਵਾਲੀ ਸੰਗਤ ਲਈ ਸੜਕਾਂ 'ਤੇ ਜਗ੍ਹਾ ਜਗ੍ਹਾ ਲਾਏ ਜਾਂਦੇ ਲੰਗਰਾਂ ਵਿੱਚ ਲੰਗਰ ਵਰਤਾਉਣ ਵਾਲੇ ਸਿੱਖ ਨੌਜਵਾਨ ਵਿੱਚ ਕੋਈ ਟਾਵਟ ਲਈ ਕਿੱਸਾਧਾਰੀ ਹੁੰਦਾ? ਬਾਕੀ ਸਿੱਖਾਂ ਦੀ ਅੱਧੀ ਨਾਲੋਂ ਵੱਧ ਨੌਜਵਾਨ ਪੀੜ੍ਹੀ ਹੁਣ ਰੋਡੀ ਭੋਡੀ ਹੋ ਗਈ ਹੈ। ਸ਼ਰਾਬ ਦੇ ਠੇਕੇ ਵੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ ਦੇ ਆਲੇ ਦੁਆਲੇ ਛੱਡ ਕੇ ਸ਼ਰਾਬੀਆਂ ਦੀ ਸਹੂਲਤ ਵਾਸਤੇ, ਸ਼ਰਾਬ ਦੇ ਠੇਕੇਦਾਰਾਂ ਦੀ ਆਮਦਨ ਦਾ ਖਿਆਲ ਰੱਖਦੇ ਹੋਏ ਬਾਕੀ ਸਾਰੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਖੁੱਲ੍ਹੇ ਰਹਿੰਦੇ ਨੇ। ਮੇਰੇ ਪਾਸੇ ਸਵਾਲ ਦਾ ਜਵਾਬ ਵੀ ਨਹੀਂ ਸੀ ਕਿ ਹਾਲੇ ਤੱਕ ਸਿੱਖ ਕੌਮ ਦੇ ਧਾਰਮਿਕ ਅਤੇ ਸਮਾਜਿਕ ਵਰਤਾਰਿਆਂ ਨੂੰ ਸੇਧ ਦੇਣ ਵਾਲੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਗੁਰਦੁਆਰਾ ਸੰਸਥਾਵਾਂ, ਪੰਜ ਸਿੱਖ ਤਖਤਾਂ ਦੇ ਸਿੰਘ ਸਾਹਿਬਾਨ ਰਾਹੀਂ ਹਾਲੇ ਤੈਅ ਹੀ ਨਹੀਂ ਕੀਤਾ ਗਿਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੁਬਾਰਾ ਵਿੱਚ ਜਿਉਂਦੇ ਚਿੰਨ੍ਹ ਦੀ ਪ੍ਰਕਿਰਿਆ ਤੋਂ ਸ਼ੁਰੂ ਹੋ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਸਮੇਂ ਦੌਰਾਨ ਸਮੁੱਚੀ ਸਿੱਖ ਕੌਮ ਦੀ ਵਿਵਸਥਾ, ਸਮੂਹਕ ਅਮਲ ਅਤੇ ਵਰਤਾਰੇ ਕੀ ਹੋਣੇ ਚਾਹੀਦੇ ਹਨ? ਅਮਰੀਕਾ ਤੋਂ ਵਾਪਸ ਪਰਤਦੇ ਹੀ ਉਹ ਦੱਸਦੇ ਨੇ ਕਿ ਮੈਂ ਸਭ ਤੋਂ ਪਹਿਲਾਂ ਇਹ ਦਰਦ ਸਿੱਖ ਪੰਥ ਦੇ ਚੂੜਾਮਣੀ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਨਾਲ ਸਾਂਝੇ ਕੀਤੇ। ਉਹਨਾਂ ਨੇ ਸਾਰੀ ਗੱਲ ਬੜੀ ਗੰਭੀਰਤਾ ਨਾਲ ਸੁਣੀ ਅਤੇ ਸਿੱਟੇਬੱਧ ਸੁਹਿਰਦ ਉਪਰਾਲਾ ਸ਼ੁਰੂ ਕੀਤਾ। ਮੈਂ ਉਸ ਵੇਲੇ ਦੇ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਐਸ ਕੇ ਆਹਲੂਵਾਲੀਆ ਨਾਲ ਵੀ ਇਹ ਸਾਰਾ ਬਿਰਤਾਂਤ ਸਾਂਝਾ ਕੀਤਾ। ਉਹਨਾਂ ਨੇ ਵੀ ਇਸ ਨੇਕ ਕੰਮ ਵਿੱਚ ਬੜੀ ਸਾਰਥਿਕ ਭੂਮਿਕਾ ਨਿਭਾਈ। ਬੜੀ ਖੋਜ ਤੋਂ ਬਾਅਦ ਸ਼ਹਾਦਤ ਦੇ ਸਮੇਂ ਦਾ ਜ਼ਿਕਰ ਕੇਵਲ ਗੁਰਬਰ ਨਾਲੀ ਗੁਲਾਬ ਸਿੰਘ ਵਿੱਚ ਹੀ ਮਿਲਿਆ ਹੈ, ਜੋ ਤਕਰੀਬਨ ਸਵੇਰੇ 9:45 ਤੋਂ 11 ਤੱਕ ਦਾ ਬਣਦਾ ਹੈ। ਗੁਰਬਰ ਨਾਲੀ ਗੁਲਾਬ ਸਿੰਘ ਵਿੱਚ ਸ਼ਹਾਦਤ ਦਾ ਸਮਾਂ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ, ਸਵਾ ਪਹਿਰ ਦਿਨ ਚੜ੍ਹੇ ਕਾਮ ਭਇਓ ਹੈ, ਭਾਵ ਸਵਾ ਪੈਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਭਾਈ ਦੁੱਨਾ ਸਿੰਘ ਹੰਡੂਰੀਆ ਦੀ ਅਪ੍ਰਕਾਸ਼ਿਤ ਕਿਰਤ ਕਥਾ ਗੁਰੂ ਜੀ ਕੇ ਸੂਤਨ ਕੀ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ
ਧੜ ਤੋਂ ਜੁਦਾ ਕਰਨ ਤੋਂ ਪਹਿਲਾਂ ਜ਼ਾਲਮਾਂ ਨੇ ਉਹਨਾਂ ਨੂੰ ਮਸੂਮਾਂ ਨੂੰ ਚਾਬਕਾਂ ਦੇ ਕੋੜੇ ਵੀ ਮਾਰੇ ਸਨ। ਖਮਚੀ ਸਾਥ ਜੁਲਗੇ ਤਬੈ ਦੁੱਖ ਦੇਵਨ, ਇਹ ਸੁਭਾਲਕ ਫੂਲ ਧੂਪ ਨਹਿ ਖੇਵਨ, ਤਬ ਮਲੇਰੀਏ ਕਹੀ ਹੈ ਜੜਾ ਤੁਮ ਜਾਹੇ ਹੀ, ਇਹ ਮਸੂਮ ਹੈ ਬਾਲ ਦੁਖਾਵਨ ਹਨਾਹੇ ਹੀ। ਇਹ ਖਮਚੀ ਤੋਂ ਭਾਵ ਹੈ ਛਾਂਟਾ ਅਰਥਾਤ ਕੋਰੜਾ। ਜਬ ਦੁਸ਼ਟੀ ਐਸੇ ਦੁੱਖ ਬਹੁਰੋ ਫੇਰ ਸੀਸ ਕਢਵਾਏ, ਰਜ ਕੋ ਪਾਏ ਪੀਪਲ ਹੈ ਬਾਂਧੇ, ਦੁਸ਼ਟ ਗੁਲੇਲੇ ਤੀਰ ਸੋਸਨ ਦੇ। ਰਜ ਤੋਂ ਭਾਵ ਹੈ ਰੱਸਾ ਅਰਥਾਤ ਪਿੱਪਲ ਦੇ ਦਰਖਤ ਨਾਲ ਰੱਸਿਆਂ ਨਾਲ ਬੰਨ੍ਹ ਕੇ ਗੁਲੇਲ ਦੇ ਨਿਸ਼ਾਨੇ ਬਣਾ ਕੇ ਤਸੀਹੇ ਦਿੱਤੇ ਗਏ। ਹਵਾਲੇ ਲਈ ਤੁਸੀਂ ਹੱਥ ਲਿਖਤ ਖਰੜਾ ਨੰਬਰ 6045 ਸਿੱਖ ਰੈਫਰੈਂਸ ਲਾਇਬ੍ਰੇਰੀ ਸ਼੍ਰੀ ਅੰਮ੍ਰਿਤਸਰ ਵੇਖ ਸਕਦੇ ਹੋ। ਇਹ ਜ਼ਿਕਰ ਕਰਨਾ ਵੀ ਅਜਹਰ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਨੇ ਨਾ ਸਿਰਫ ਆਹਦਾ ਨਾਰਾ ਮਾਰਿਆ, ਸਗੋਂ ਉਸਨੇ ਮਾਸੂਮ ਸਾਹਿਬਜ਼ਾਦਿਆਂ 'ਤੇ ਜ਼ੁਲਮ ਰੋਕਣ ਲਈ ਬੜੇ ਨਹੂਰ ਅਤੇ ਤਰਲੇ ਵੀ ਲਏ, ਲਾਹਣਤਾਂ ਵੀ ਪਾਈਆਂ। ਪਰ ਜ਼ਾਲਮ ਵਜ਼ੀਰ ਖਾਂ ਨੇ ਉਸਦੀ ਇੱਕ ਨਾ ਸੁਣੀ। ਸਰਹੰਦ ਦੀ ਤਵਾਰੀਖ ਦਾ ਜ਼ਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ 'ਤੇ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਵੱਲੋਂ ਨਿਭਾਈ ਨਾਕਾਬਲ ਇਹ ਫਰਾਮੋਸ਼ ਵਿਸ਼ੇਸ਼ ਤਵਾਰੀਖੀ ਭੂਮਿਕਾ ਲਈ ਸਿੱਖ ਕੌਮ ਹਮੇਸ਼ਾ ਲਈ ਆਭਾਰੀ ਅਤੇ ਅਹਿਸਾਨਮੰਦ ਰਹੇਗੀ। ਸੋ ਅੱਜ ਅਸੀਂ ਬੇਨਤੀ ਕਰਦੇ ਹਾਂ ਸਮੂਹ ਫੈਡਰੇਸ਼ਨਾਂ ਨੂੰ, ਸਿੱਖ ਜਥੇਬੰਦੀਆਂ SGPC ਨੂੰ ਅਤੇ ਹੋਰਨਿਕ ਧਾਰਮਿਕ ਸੰਸਥਾਵਾਂ ਨੂੰ ਕਿ ਇਸ ਦਿਨ ਅਸੀਂ ਜਿਹੜੇ ਲੰਗਰ ਨੇ ਬ੍ਰੈਡ ਪਕੌੜੇ ਹੋਰ ਜਲੇਬੀਆਂ ਦੇ ਬਜਾਏ ਜੋ ਗੁਰੂ ਸਾਹਿਬਾਨਾਂ ਦੀ ਇੱਕ ਰੀਤ ਚਲਾਈ ਹੋਈ ਹੈ ਸਾਨੂੰ ਉਸ 'ਤੇ ਅਮਲ ਕਰਨਾ ਚਾਹੀਦਾ। ਸਧਾਰਨ ਦਾਲ ਪ੍ਰਸ਼ਾਦਾ ਹੋਣਾ ਚਾਹੀਦਾ, ਕਿਉਂਕਿ ਜੇ ਸਾਡੇ ਬੱਚੇ ਦੇ ਅੱਜ ਕੋਈ ਚਪੇੜ ਵੀ ਮਾਰ ਦੇਵੇ ਤਾਂ ਅਸੀਂ ਕਿੱਥੋਂ ਤੱਕ ਚਲੇ ਜਾਂਦੇ ਹਾਂ। ਅਤੇ ਘਰ ਦੀ ਗੱਲ ਛੱਡੋ, ਜੇ ਦੂਰ ਦਰੇਡੇ ਦਾ ਕੋਈ ਰਿਸ਼ਤੇਦਾਰ ਵੀ ਸਵਰਗ ਸਧਾਰ ਜਾਵੇ, ਅਸੀਂ ਕਿੰਨੇ ਕਿੰਨੇ ਚਿਰ ਘਰਾਂ ਦੇ ਵਿੱਚ ਕੋਈ ਖੁਸ਼ੀਆਂ ਨਹੀਂ ਮਨਾਉਂਦੇ, ਕੋਈ ਵਿਆਹ ਕਾਰਜ ਜਾਂ ਹੋਰ ਖੁਸ਼ੀ ਦੇ ਪ੍ਰੋਗਰਾਮ ਟਾਲ ਦਿੰਦੇ ਹਾਂ। ਅਤੇ ਕੀ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਵਾਲੇ ਦਿਨ ਜਦੋਂ ਛੋਟੀ ਛੋਟੀਆਂ ਜਿੰਦਾਂ ਜਿਹੜੀਆਂ ਨੇ ਇਸ ਜਿਹੜੀ ਮਨੁੱਖਤਾ ਦੇ ਭਲੇ ਲਈ, ਸ੍ਰਿਸ਼ਟੀ ਦੀ ਭਲੇ ਲਈ ਆਪਣੀਆਂ ਜਾਨਾਂ ਵਾਰਗੀਆਂ ਅਤੇ ਜ਼ਾਲਮਾਂ ਨੂੰ ਉਹਨਾਂ ਨੇ ਮਾਤ ਪਾਈ। ਸੋ ਅਸੀਂ ਇਹ ਜਿਹੜੀ ਸਿੱਖਾਂ ਦੀ ਕਰਬਲ ਹੈ, ਇਸ ਮਹਾਨੀਏ ਸ਼ਹੀਦੀਆਂ ਵਾਲੇ ਦਿਨ ਅਸੀਂ ਇਹੋ ਜਿਹੇ ਪ੍ਰੋਗਰਾਮਾਂ ਤੋਂ ਖੁਸ਼ੀਆਂ ਤੋਂ ਗੁਰੇਜ਼ ਕਰੀਏ ਅਤੇ 17 ਵਾਹਿਗੁਰੂ ਦਾ ਜਾਪ ਕਰੀਏ। 9:45 ਤੋਂ 11 ਤੱਕ ਅਸੀਂ ਸਤਨਾਮ ਵਾਹਿਗੁਰੂ ਦੇ ਜਾਪ ਨਾਲ ਜਪਜੀ ਸਾਹਿਬ, ਸੁਖਮਨੀ ਸਾਹਿਬ ਅਤੇ ਹੋਰ ਜਿਹੜੇ ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰੀਏ। ਅਤੇ ਜਿਵੇਂ ਪੁਰਾਤਨ ਲੋਕ ਜਿਹੜੇ ਨੇ, ਚਾਹੇ ਉਹ ਹਿੰਦੂ ਮੁਸਲਮਾਨ ਸਿੱਖ ਸਨ, ਇਹਨਾਂ ਦਿਨਾਂ ਦੌਰਾਨ ਧਰਤੀ 'ਤੇ ਵਿਛਾਉਣਾ ਕਰਦੇ ਹਨ ਅਤੇ ਉਹਨਾਂ ਨੂੰ, ਉਹਨਾਂ ਮਹਾਨ ਸ਼ਹੀਦਾਂ ਨੂੰ ਜਿਹੜੀ ਸ਼ਹਾਦਤ ਨੂੰ, ਉਹਨਾਂ ਨੂੰ ਸ਼ਰਧਾ ਦੇ ਫੁੱਲ ਜਿਹੜੇ ਨੇ ਉਹ ਭੇਟ ਕਰਦੇ ਸਨ। ਆਓ ਖਾਲਸਾ ਜੀ, ਆਪਾਂ ਵੀ ਇੱਕਜੁੱਟ ਹੋਈਏ ਅਤੇ ਉਸ ਪੁਰਾਤਨ ਰੋਹ ਰੀਤਾਂ ਅਨੁਸਾਰ ਹੀ ਸ਼ਹੀਦਾਂ ਦੇ ਦਿਹਾੜੇ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।